स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड बंबीहा भाई, ये मोगे जिले का पिंड आ, हद लगती है दोस्तों, इदू अगे बरगाड़ी भी नेड़ ही रह जाता है। तो जिहड़े घर चो वीडियो बना रहे हैं चार गावां तुसीं देखोगे जिहड़ियां दुध ते लाईआं, तो मैनू इन्हां दी खास गल ये लगी दोस्तों, चारे ही ब्रीड भावें क्रॉस च, एक तो संभाल चंगी है, दूजी गल ढांचे सेम है, भैणां लगदियां दोस्तों आपस विच जे इन्हां नूं देखीए तां। ਇਹ ਦੁੱਧ ਤੇ ਲੱਗੀਆਂ ਹੋਈਆਂ ਗਾਵਾਂ ਹੈ, ਤੋਕੜ ਗੱਭਣਾ ਮੇਰੇ ਖਿਆਲ 'ਚ, ਅਤੇ ਇਹ ਬਾਈ ਸੇਲ ਨਹੀਂ ਕਰਦਾ। ਮੇਨ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਹੈ ਉਹ ਹੈ ਸਾਹਮਣੇ ਇੱਕ ਗਾਂ ਜਿਹੜੀ ਵਿਕਾਊ ਕੀਤੀ ਹੈ, ਬਰੀਡ ਇਹ ਵੀ ਥੋੜ੍ਹੀ ਜਿਹੀ ਕਰੋਸ 'ਚ ਹੈ, ਪਰ ਇਹਦੀ ਖਾਸੀਅਤ ਇਹ ਹੈ ਵੀ ਇਹਦਾ ਰੰਗ ਰੂਪ ਕਰੋਸ ਬਰੀਡ ਦੇ ਹਿਸਾਬ 'ਤੇ ਬਹੁਤ ਸੋਹਣਾ, ਚੰਗੇ ਕੱਦ ਕਾਠ ਦੀ ਦੋਸਤੋ ਇਹ ਵੈੜ ਆ, ਅਤੇ ਇਹ ਵਿਕਾਊ ਆ। ਸੋ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਵੀਰ ਤੋਂ, ਵੀਡੀਓ ਨੂੰ ਐਂਡ ਤੱਕ ਦੇਖਿਓ, ਜਿਹਨੂੰ ਪਸੰਦ ਆ ਜੂ ਦੋਸਤੋ ਆਪਦੀ ਤਸੱਲੀ ਕਰਨੀ ਹੈ ਤੁਸੀਂ, ਅਤੇ ਆਪਦੀ ਤਸੱਲੀ ਕਰਕੇ ਖਰੀਦ ਲਿਓ। ਥਾਣ ਹਵਾਨਾ ਸਾਫ਼ ਸੁਥਰਾ, ਬਾਕੀ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਉਦੋਂ ਕਲੀਅਰ ਹਵਾਨਾ ਦਾ ਤੁਹਾਨੂੰ ਦਿਸਣਾ। ਸੋ ਆਓ ਵੀਡੀਓ ਦੀ ਸ਼ੁਰੂਆਤ ਕਰੀਏ, ਅਤੇ ਬਾਈ ਤੋਂ ਇਹਦੇ ਬਾਰੇ ਜਾਣਕਾਰੀ ਲੈਂਦੇ ਹਾਂ। ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਬਾਈ? ਨਾਮ ਗੋਰਾ ਜੀ। ਠੀਕ ਹੈ, ਗੋਰੇ ਬਾਈ ਵਪਾਰ ਦਾ ਕੰਮ ਕਰਦੇ ਆ? ਹਾਂਜੀ, ਵਪਾਰ ਦਾ ਇੱਕ ਅੱਧਾ ਲਿਆ ਜੀ। ਠੀਕ ਹੈ, ਜਿਹੜੀਆਂ ਪਰਲੇ ਪਾਸੇ ਚਾਰ ਗਾਵਾਂ, ਤੋਕੜ ਗੱਭਣੀਆਂ ਸਾਰੀਆਂ? ਹਾਂਜੀ, ਤੋਕੜਾਂ ਗੱਭਣਾ। ਵੇਚਣੀਆਂ ਜਾਂ ਨਹੀਂ? ਨਹੀਂ, ਇਹ ਸਾਂਭਣ ਵਾਸਤੇ ਰੱਖਣਾ। ਸਾਂਭਣ ਵਾਸਤੇ ਦੁੱਧ ਤੇ ਲਾ ਜਾਵਾਂ? ਨਹੀਂ, ਜੇ ਕੋਈ ਨਫਾ ਦੇਵੇ ਕਈ ਵਾਰ ਖਰੀਦ ਤੋਂ ਫਿਰ ਕਰ ਲਾਂਗੇ ਕਿ ਨਹੀਂ? ਮੁਸ਼ਕਲ ਨਹੀਂ, ਇਹ ਨਹੀਂ ਵੇਚਦੇ। ਇਹ ਨਹੀਂ ਵੇਚਦੇ ਸਰ, ਸਿਰਫ ਇਹੀ ਵਿਕਰੀ ਵਾਸਤੇ ਆਈ ਹੈ। ਇਕੱਲੀ ਵਿਕਰੀ ਵਾਸਤੇ? ਕਿੰਨਾ ਮਹਿਸੂਸ ਹੁੰਦੀ ਹੈ? ਇਹ ਪਹਿਲਾਂ ਨਹੀਂ ਹੈ ਜੀ। ਦੰਦੋ ਬਾਈ? ਦੋ ਦੰਦ ਹੈ ਜੀ। ਕਿੰਨੇ ਦਿਨ ਲਊਗੀ ਇਹ? 11 ਤਰੀਕ ਨੂੰ ਦਿਨ ਪੂਰੇ ਹੈ ਜੀ। 11 ਤਰੀਕ ਨੂੰ ਦਿਨ ਤਾਂ ਫਿਰ ਇਹਦੇ ਦੋ ਤਿੰਨ ਹੀ ਰਹਿ ਗਏ। ਦੋ ਤਿੰਨ ਹੀ ਰਹਿ ਗਏ। ਰੇਟ ਇਹਦਾ ਕੀ ਰੱਖਿਆ? 58,000 ਖੋਲੀਏ ਨੂੰ ਦੋਸਤੋ, 58,000 ਰੇਟ ਹੈ, ਦੋ ਤਿੰਨ ਦਿਨ ਹੀ ਲਊਗੀ, ਦਿਨਾਂ ਦੇ ਹਿਸਾਬ 'ਤੇ ਜੇ ਦੇਖਦੇ ਹਾਂ ਤਾਂ। ਸੋਹਣੇ ਰੰਗ ਰੂਪ ਦੀ ਅਤੇ ਚੰਗੇ ਕੱਦ ਕਾਠ ਦੀ ਮਾਮੂਲੀ ਕਰੋਸ ਬਰੀਡ ਗਾਂ ਹੈ, ਗਰਮੀ ਦੇ ਵਿੱਚ ਚੰਗੀ ਰਹੂਗੀ, ਰੰਗ ਰੂਪ ਤੁਹਾਨੂੰ ਪਸੰਦ ਆਉਣਾ, ਇਹ ਮੇਰੇ ਵੱਲੋਂ ਗਰੰਟੀ ਹੈ। ਹਵਾਨਾ ਵੀ ਚੰਗਾ ਬਣਾਉਂਦੀ ਆਉਂਦੀ ਹੈ ਦੋਸਤੋ, ਦੋ ਤਿੰਨ ਦਿਨ ਹਜੇ ਲੈ ਜੂਗੀ। ਬਰੀਡ ਐਚ ਐਫ ਦੀ ਕਰੋਸ ਹੈ, ਬਹੁਤ ਸੋਹਣੇ ਰੰਗ ਰੂਪ ਦੀ ਵੈੜ ਆ। ਥਣ ਦੋਸਤੋ ਭਲੂਣ ਦੇ ਵਿੱਚ ਵੀ ਹੈ, ਅਤੇ ਵੈਸੇ ਥਣ ਜਿਹੜਾ ਸਾਈਡ ਤੋਂ ਦੇਖਦੇ ਹਾਂ ਚੰਗਾ ਲੰਬਾ ਥਣ ਦਿਖਾਉਂਦੀ ਹੈ, ਬਹੁਤ ਸੋਹਣੀ ਵੈੜ ਆ ਦੋਸਤੋ, ਪਸੰਦ ਆਊ ਤੁਹਾਨੂੰ। ਜਿਹੜਾ ਵੀਰ ਖਰੀਦਣੀ ਚਾਹੇ ਕੰਟੈਕਟ ਬਾਈ ਨੂੰ ਕਰ ਲਿਓ, ਨੰਬਰ ਸਕਰੀਨ 'ਤੇ ਆ, ਤਸੱਲੀ ਆ ਕੇ ਕਰਨੀ ਆ। 58 ਰੇਟ ਹੈ, ਮਾਨਤਾਣੇ ਦੇ 'ਚ ਹੋਊਗਾ, ਉਹ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਆਪ ਦੇਖ ਲਿਓ ਵੀ ਬਾਈ ਕਿੰਨਾ ਰੇਟ ਤੁਹਾਡੇ ਨਾਲ ਇਹਦੇ 'ਚੋਂ ਵਾਜਬ ਕਰ ਲੂਗਾ, ਕਿੰਨਾ ਕੁ ਘੱਟ ਜੂਗਾ। ਇੱਕ ਅੱਧਾ ਨਾਗ ਬਾਈ ਕੋਲ ਵਿਕਰੀ ਵਾਲਾ ਆਉਂਦਾ ਰਹਿੰਦਾ। ਵੀਡੀਓ ਦੂਜੀ ਹੈ, ਪਰ ਪਹਿਲਾਂ ਇੱਕ ਬਹੁਤ ਚੰਗੀ ਮੱਝ ਦੀ ਸੀ, ਇਸ ਵਾਰ ਇੱਕ ਚੰਗੀ ਸੋਹਣੀ ਵੈੜ ਦੀ ਵੀਡੀਓ ਹੈ। ਧੰਨਵਾਦ ਦੋਸਤੋ, ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ, ਜਿਹਨੂੰ ਇਹ ਗਾਂ ਪਸੰਦ ਆਊਗੀ ਤਾਂ ਬੰਬੀਆ ਭਾਈ ਪਹੁੰਚ ਕੇ ਤੁਸੀਂ ਖਰੀਦਣੀ ਹੈ। ਥਣ ਮੈਂ ਸ਼ੁਰੂਆਤ ਦੇ ਵਿੱਚ ਦਿਖਾਤੇ ਸੀ, ਇਹਦੇ ਕਰਕੇ ਹੁਣ ਦੁਬਾਰਾ ਜਿਹੜਾ ਉਹ ਤੁਹਾਨੂੰ ਮੈਂ ਪਿੱਛੇ ਤੋਂ ਹਵਾਨਾ ਫੇਰ ਦਿਖਾ ਦਿੰਦਾ। ਭਲੂਣ ਕਰਕੇ ਥੋੜ੍ਹਾ ਜਿਹਾ ਥਣ ਨਿੱਕਾ ਲੱਗੂਗਾ, ਪਰ ਸਾਈਡ ਤੋਂ ਦੇਖਦੇ ਹਾਂ ਤਾਂ ਥਣ ਬਹੁਤ ਸੋਹਣਾ ਅਤੇ ਕੁਛ ਭਲੂਣ ਦੇ ਵਿੱਚ ਵੀ ਹੈ। ਧੰਨਵਾਦ ਦੋਸਤੋ, ਮਿਹਰਬਾਨੀ।